ਹਾਂਜੀ ਨਮਸਤੇ ਸਤਿ ਸ਼੍ਰੀ ਅਕਾਲ ਤੇ ਸਲਾਮ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਮੈਂ ਲਾਲੀ ਸ਼ਾਰਦਾ ਮੋਦਗਿਲ ਤੁਹਾਡਾ ਆਪਣਾ ਪਿਆਰਾ ਲਾਲੀ ਇੱਕ ਵਾਰੀ ਫਿਰ ਤੁਹਾਡੇ ਅੱਗੇ ਹਾਜ਼ਰ ਹੋ ਚੁੱਕਿਆ ਇੱਕ ਨਵੀਂ ਵੀਡੀਓ ਨੂੰ ਲੈ ਕੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਜਿਹਦਾ ਨਾਮ ਹੈ ਲਾਲੀ ਐਂਟੀ ਸ਼ਿਵ ਵਲੌਗਸ ਜਿਵੇਂ ਕਿ ਤੁਸੀਂ ਜਾਣਦੇ ਹੋ ਤੇ ਜਿਵੇਂ ਹੀ ਤੁਸੀਂ ਸਾਡੇ ਵਲੌਗਸ ਵੇਖਦੇ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਸਾਡਾ ਬਹੁਤ ਹੀ ਖਾਸ ਦਿਨ ਹੈ ਸਾਰਿਆਂ ਲਈ ਸਾਡੇ ਪਰਿਵਾਰ ਦੇ ਲਈ ਅੱਜ ਸਾਡੇ ਕ੍ਰਿਸ਼ੀ ਦਾ ਇੱਕ ਸਾਲ ਪੂਰਾ ਹੋ ਚੁੱਕਿਆ ਇਸ ਅਰਥ ਦੇ ਉੱਪਰ ਆਏ ਨੂੰ ਤੇ ਉਸਦੇ ਜਨਮ ਦਿਨ ਦੇ ਮੌਕੇ ਦੇ ਲਈ ਅਸੀਂ ਇਟਲੀ ਦੇ ਵਿੱਚ ਸ਼੍ਰੀ ਸ਼ਨੀ ਮੰਦਿਰ ਦੇ ਵਿੱਚ ਜੋ ਕਿ ਸਾਡੇ ਘਰ ਦੇ ਕਾਫੀ ਕਰੀਬ ਹੈ ਉੱਥੇ ਕ੍ਰਿਸ਼ੀ ਦਾ ਮੱਥਾ ਟਿਕਾਉਣ ਲਈ ਆਏ ਹਾਂ ਉਹਦੀ ਜੈ ਜੈ ਕਰਨ ਆਏ ਹਾਂ ਕਿ ਪਰਮਾਤਮਾ ਨੂੰ ਆਸ਼ੀਰਵਾਦ ਦੇਣ ਉਹਦੀ ਉਹਨੂੰ ਲੰਬੀਆਂ ਉਮਰਾਂ ਬਖਸ਼ਣ ਤਰੱਕੀ ਬਖਸ਼ਣ ਚੰਗੀ ਸਿਹਤ ਬਖਸ਼ਣ ਤੇ ਖੁਸ਼ਹਾਲ ਜੀਵਨ ਬਖਸ਼ਣ ਤੇ ਤੁਸੀਂ ਵੀ ਸਾਰੇ ਉਹਨੂੰ ਆਪਣਾ ਆਸ਼ੀਰਵਾਦ ਦਈਓ ਕਿ ਪਰਮਾਤਮਾ ਨੂੰ ਸਦਬੁੱਧੀ ਬਖਸ਼ੇ ਸਦਮਾਰਗ ਬਖਸ਼ੇ ਹਮੇਸ਼ਾ ਉਹ ਚੰਗੇ ਕੰਮ ਕਰੇ ਤੇ ਆਓ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲਾਂ ਤੇ ਮੰਦਿਰ ਦੇ ਅੰਦਰ ਆਪਾਂ ਦਰਸ਼ਨ ਕਰਦੇ ਹਾਂ ਠੀਕ ਹੈ ਹਾਂਜੀ ਅਸੀਂ ਮੰਦਿਰ ਦੇ ਵਿੱਚੋਂ ਹੁਣ ਉਹ ਕ੍ਰਿਸ਼ੀ ਦਾ ਮੱਥਾ ਟਿਕਾ ਕੇ ਉਹਦੀ ਜੈ ਜੈ ਕਰਵਾ ਕੇ ਹੁਣ ਅਸੀਂ ਆਪਣੇ ਘਰ ਪਹੁੰਚ ਗਏ ਹਾਂ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਬੱਚਿਆਂ ਦੀਆਂ ਦਾਤਾਂ ਨੇ ਨਾ ਉਹ ਵੀ ਰੱਬ ਦੀਆਂ ਬੜੀਆਂ ਅਨਮੋਲ ਦਾਤਾਂ ਨੇ ਇਹ ਵੀ ਸਾਰਿਆਂ ਦੇ ਹਿੱਸੇ ਨਹੀਂ ਆਉਂਦੀਆਂ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਉਹਨੇ ਸਾਨੂੰ ਇੰਨੇ ਸੋਹਣੇ ਪੁੱਤ ਦੀ ਦਾਤ ਦਿੱਤੀ ਹੈ ਧੀ ਹੋਵੇ ਜਾਂ ਪੁੱਤ ਹੋਵੇ ਹੈ ਤਾਂ ਇੱਕੋ ਹੀ ਹੈ ਜਿਹਦੇ ਘਰ ਔਲਾਦ ਰੱਬ ਨੇ ਦੇ ਦਿੱਤੀ ਉਹ ਬਸ ਉਹਦੀ ਕਿਰਪਾ ਸਮਝੋ ਉਹ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ ਉਹਦਾ ਸ਼ੁਕਰ ਮਨਾਓ ਪਰਮਾਤਮਾ ਦਾ ਕਿ ਉਹਨੇ ਤੁਹਾਨੂੰ ਇੱਕ ਬੱਚੇ ਦੀ ਦਾਤ ਦਿੱਤੀ ਆ ਤੇ ਖੁਸ਼ ਹੋਣਾ ਚਾਹੀਦਾ ਖੁਸ਼ੀਆਂ ਹੀ ਵੰਡਣੀਆਂ ਚਾਹੀਦੀਆਂ ਬਾਕੀ ਅਜੇ ਸੈਲੀਬ੍ਰੇਸ਼ਨ ਹੋਰ ਵੀ ਬੜੇ ਹੋਣਗੇ ਤੇ ਅੱਜ ਅਸੀਂ ਘਰ ਵਿੱਚ ਆਪਣਾ ਛੋਟਾ ਜਿਹਾ ਫੰਕਸ਼ਨ ਕਰਦੇ ਹਾਂ ਅਸੀਂ ਕ੍ਰਿਸ਼ੀ ਦਾ ਕੇਕ ਵਗੈਰਾ ਕਟਿੰਗ ਕਰਾਂਗੇ ਥੋੜ੍ਹਾ ਬਹੁਤ ਆਪਣੀਆਂ ਖੁਸ਼ੀਆਂ ਨੂੰ ਇਕੱਠੇ ਅਸੀਂ ਸੈਲੀਬ੍ਰੇਟ ਕਰਾਂਗੇ ਬਾਕੀ ਅੱਗੇ ਅੱਗੇ ਤੁਹਾਨੂੰ ਹੋਰ ਵੀ ਵੇਖਣ ਨੂੰ ਬੜਾ ਕੁਛ ਮਿਲੂਗਾ ਤੇ ਕ੍ਰਿਸ਼ੀ ਵਿਚਾਰਾ ਆਉਂਦਾ ਆਉਂਦਾ ਥੱਕ ਗਿਆ ਸੀਗਾ ਤੇ ਉਹ ਸੌਣ ਲੱਗ ਗਿਆ ਆਓ ਮੈਂ ਤੁਹਾਨੂੰ ਦਿਖਾਵਾਂ ਹਾਂਜੀ ਤੇ ਜੋ ਕੇਕ ਕੱਟਣ ਵਾਲੀ ਰਸਮ ਸੀ ਉਹ ਅਸੀਂ ਕੰਪਲੀਟ ਕਰ ਚੁੱਕੇ ਹਾਂ ਉਹਦੇ ਕੁਛ ਕੁ ਚਲਕਿਆਂ ਨੇ ਜੋ ਮੈਂ ਵਿੱਚ ਐਡ ਕਰਕੇ ਤੁਹਾਨੂੰ ਜ਼ਰੂਰ ਦਿਖਾਵਾਂਗਾ ਤੇ ਤੁਸੀਂ ਵੀ ਉਸਦਾ ਇੰਜੋਏ ਕਰੇ ਹਰ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਹਮੇਸ਼ਾ ਹੀ ਚੰਗਾ ਤੇ ਵਧੀਆ ਹੀ ਸੋਚਦੇ ਨੇ ਕਿ ਉਹਨਾਂ ਦੇ ਬੱਚੇ ਦਾ ਅਸੀਂ ਜਿੰਨੀ ਕੋਸ਼ਿਸ਼ ਕਰ ਸਕੀਏ ਉਨਾ ਹੀ ਵਧੀਆ ਕਰ ਸਕੀਏ ਤੇ ਅਸੀਂ ਵੀ ਉਹੀ ਛੋਟੀ ਮੋਟੀ ਜੋ ਜਿੰਨੀ ਕੁ ਹਿੰਮਤ ਹੈ ਅਸੀਂ ਉਨੀ ਕੁ ਕੋਸ਼ਿਸ਼ ਕੀਤੀ ਹਰ ਮਾਂ ਬਾਪ ਆਪਣੇ ਆਪਣੇ ਪੁੱਤ ਨੂੰ ਆਪਣੀ ਧੀ ਨੂੰ ਆਪਣੇ ਗੱਭਰੂ ਪੁੱਤ ਜਵਾਨ ਨੂੰ ਐ ਓਏ ਬੱਲੇ ਬੱਲੇ ਉਹਨੂੰ ਸੋਨੇ ਦਾ ਕੜਾ ਬਣਾ ਕੇ ਦਿੰਦਾ ਕੋਈ ਕੋਈ ਸੋਨੇ ਦੀ ਮੁੰਦੀ ਬਣਾ ਕੇ ਦਿੰਦਾ ਕੋਈ ਸੋਨੇ ਦੀ ਚੈਨ ਬਣਾ ਕੇ ਦਿੰਦਾ ਕੋਈ ਬ੍ਰੈਸਲੇਟ ਬਣਾ ਕੇ ਦਿੰਦਾ ਤੇ ਤੇਰੇ ਪਾਪਾ ਜੀ ਨੇ ਪਤਾ ਕੀ ਬਣਾ ਕੇ ਦਿੱਤਾ ਤੇਰੇ ਪਾਪਾ ਜੀ ਸਾਰਿਆਂ ਤੋਂ ਡਿਫਰੈਂਟ ਸੋਚਦੇ ਨੇ
तेरे पापा जी ने तेनू बना के दिती है ओ तेरा पिता तेरे पापा जी ने तेनू बना के दिती है सोने दी निप्पल ओ देखो सोने दी निप्पल नाल चैन भी है ओदे नीचे चैन नु ना तुसी काका तोड़ दो शाबाश अरे काका अजे तां पैसे भी नहीं पूरे होए पुत्र ए नहीं 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 छड़ दे इहनु तुसी अपने आराम नाल इत्थे बन सकदे आ हो गया क्या निप्पल नु तुसी अपने मुंह विच लेके आराम नाल नींदी कर सकदे इहदे नाल तुसी लॉयल बच्चे लगोगे जिहड़ी चैन है ओहनु तुसी इदां अपने नाल टाई कर सकदे नो कृषि नो बेटा एक सैकंड रुक जा ਇਹਦਾ ਤੁਸੀਂ ਟਾਈ ਕਰਕੇ ਦੇਖੋ ਕਿੰਨੀ ਨੋ ਨਹੀਂ ਲੱਗਦੀ ਨਿੱਪਲ ਹੈਨਾ ਇਹਦੇ ਨਾਲ ਤੇਰੀ ਨਿੱਪਲ ਨਾ ਕਦੇ ਖੋਏਗੀ ਅਗਰ ਕੋਈ ਲੈ ਵੀ ਜਾਊਗਾ ਉੱਤੇ ਕੇ ਲਿਖਿਆ ਪਤਾ ਲੱਗ ਜਾਣਾ ਤੁਹਾਨੂੰ ਕ੍ਰਿਸ਼ਿਪ ਦੀ ਹੈ ਹੈਨਾ ਓ ਓ ਹਾਂਜੀ ਬੇਟਾ ਦੱਸੋ ਤੁਹਾਨੂੰ ਕਿਵੇਂ ਲੱਗਿਆ ਤੁਹਾਡਾ ਗਿਫਟ ਮੈਂ ਪੁੱਠੀ ਕਰਕੇ ਵੀ ਪੁੱਤ ਉਦਾਂ ਦੀ ਹੋ ਰਹੀ ਹੈ ਕੋਈ ਫਰਕ ਨਹੀਂ ਪੈਣਾ ਇੱਕ ਗਿਫਟ ਕ੍ਰਿਸ਼ਿਪ ਦਾ ਹੋ ਰਿਹਾ ਓ ਬਰਾਵੋ ਕ੍ਰਿਸ਼ਿਪ ਪਤਾ ਨਹੀਂ ਕਿੰਨਾ ਲੱਗਿਆ ਕਹਿੰਦਾ ਮੈਨੂੰ ਮੇਰੀ ਪਸੰਦ ਬਹੁਤ ਆਈ ਹੈ ਨਿੱਪਲ ਹੈਨਾ ਤੇ ਹਮੇਸ਼ਾ ਤੁਸੀਂ ਸਾਰੇ ਜਣੇ ਨੂੰ ਬਲੇਸਿੰਗਸ ਦਿਓ ਆਸ਼ੀਰਵਾਦ ਦਿਓ ਆਪਣੇ ਹਮੇਸ਼ਾ ਇਹ ਤੰਦਰੁਸਤ ਰਹੇ ਖੁਸ਼ ਰਹੇ ਤੇ ਪਰਮਾਤਮਾ ਸਾਰਿਆਂ ਦੀਆਂ ਝੋਲੀਆਂ ਦੇ ਵਿੱਚ ਔਲਾਦਾਂ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ਆਬਾਦ ਰਹੋ ਹਮੇਸ਼ਾ ਤੇ ਹੁਣ ਕ੍ਰਿਸ਼ਨ ਨੂੰ ਡਾਂਸੀ ਕਰ ਲੈਂਦੇ ਓ ਓ ਓ ਬੱਲੇ ਬੱਲੇ ਚਾਵਾ ਚਾਵਾ ਬੱਲੇ ਬੱਲੇ ਚਾਵਾ ਚਾਵਾ ਬੱਲੇ ਬੱਲੇ ਇਹ ਹਮਾਰੇ ਬੱਚੇ ਕੋ ਨਾ ਭੰਗੜਾ ਪਾਣਾ ਬਹੁਤ ਹੀ ਅੱਛਾ ਲੱਗਦਾ ਇਹ ਕੋਈ ਮਿਊਜ਼ਿਕ ਹਾਂ ਇਹ ਕੋਈ ਆਗੇ ਵਾਲਾ ਸ਼ਬਦ ਮੈਂ ਥੋੜਾ ਸਾ ਭੁੱਲ ਗਿਆ ਕਿ ਕੀ ਬੋਲਣਾ ਤਾਂ ਇਹ ਕੋਈ ਮਿਊਜ਼ੀਕਲ ਟੈਲੈਂਟ ਵਾਲਾ ਬੱਚਾ ਹੈ ਜਦ ਵੀ ਇਹ ਮਿਊਜ਼ਿਕ ਸੁਣਦਾ ਹੈ ਇਸੇ ਬਹੁਤ ਪਸੰਦ ਆਤਾ ਹੈ ਇਹ ਹੈ ਜੀ ਕ੍ਰਿਸ਼ੀ ਦਾ ਬਰਥਡੇ ਗਿਫਟ ਰੇਂਜ ਰੋਵਰ ਕ੍ਰਿਸ਼ੀ ਵੀ ਹੁਣ ਰੇਂਜ ਰੋਵਰ ਵਾਲਾ ਹੋ ਗਿਆ ਕ੍ਰਿਸ਼ੀਵ ਰੇਂਜ ਰੋਵਰ ਚ ਘੁੰਮੇ ਤੇਰਾ ਯਾਦ ਨਹੀਂ ਹੈ ਓਏ ਉਹ ਲੈਂਸਰਾਂ ਨੂੰ ਕੌਣ ਪੁੱਛਦਾ ਕ੍ਰਿਸ਼ੀਵ ਓਏ ਰੇਂਜ ਰੋਵਰ ਹਾਂਜੀ ਕ੍ਰਿਸ਼ੀਵ ਤੁਹਾਨੂੰ ਕਿੱਦਾਂ ਲੱਗੀ ਤੁਹਾਡੀ ਰੇਂਜ ਰੋਵਰ ਕ੍ਰਿਸ਼ੀਵ ਨੂੰ ਕਾਫੀ ਇੰਟਰਸਟਿੰਗ ਲੱਗੀ ਹੈ ਉਹ ਕਾਫੀ ਰਿਸਰਚ ਕਰ ਰਿਹਾ ਸਾਰਾ ਕੁਝ ਲੱਭ ਕੇ ਕੀ ਇਹਦੇ ਵਿੱਚ ਕੀ ਹੈ ਮੈਂ ਤੁਹਾਨੂੰ ਵੀ ਇਹਦੇ ਰਿਵਿਊ ਦਿੰਦਾ ਵੈਸੇ ਕਾਫੀ ਸਪੇਸ ਹੈ ਇਹਦੇ ਵਿੱਚ ਲੋਕ ਇੱਥੇ ਬੈਠ ਸਕਦੇ ਆ ਕਿਉਂਕਿ 2 ਸੀਟਰ ਹੈ ਹਾਂਜੀ ਕ੍ਰਿਸ਼ੀ ਬਸ ਕ੍ਰਿਸ਼ੀ ਪਤਾ ਤੋੜ ਨਹੀਂ ਰਹੀ ਹੈਗੀ ਬਸ ਠੀਕ ਹੈ ਮੈਨੂੰ ਪਤਾ ਤੈਨੂੰ ਖੁਸ਼ੀ ਬਹੁਤ ਹੋਈ ਹੈ ਪਰ ਇੰਨੀ ਵੀ ਨਹੀਂ ਕਰਨੀ ਚਲ ਠੀਕ ਹੈ ਗ੍ਰਾਸੀ ਮਿਲ ਲੈ ਹਾਂਜੀ ਤੇ ਅੱਜ ਦਾ ਵਲੌਗ ਤੇ ਸਾਡਾ ਇਹੀ ਸੀ ਤੁਸੀਂ ਸਾਰਾ ਦੇਖਿਆ ਹੋਣਾ ਹੈ ਕਿ ਸਾਡਾ ਦਿਨ ਕਾਫੀ ਵਿਅਸਤ ਸੀ ਉਪਰੋਂ ਦੇ ਕ੍ਰਿਸ਼ਨ ਦਾ ਪਹਿਲਾ ਬਰਥਡੇ ਸੀ ਇਹਨੂੰ ਧਰਤੀ ਤੇ ਆਏ ਹੋਣਾ ਅੱਜ 1 ਸਾਲ ਹੋ ਚੁੱਕਿਆ ਆ ਤੁਸੀਂ ਵੀ ਆਪਣੇ ਬਲੇਸਿੰਗ ਤੈਨੂੰ ਦਿੰਦੇ ਰਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਤੰਦਰੁਸਤ ਖੁਸ਼ਹਾਲ ਤੇ ਇੱਕ ਚੰਗੇ ਕਰਮਾਂ ਵਾਲਾ ਬੱਚਾ ਬਣ ਸਕੇ ਸਦਬੁੱਧੀ ਵਾਲਾ ਤੁਸੀਂ ਸਾਰੇ ਆਪਣੇ ਆਸ਼ੀਰਵਾਦ ਦਿਓ ਤੁਸੀਂ ਸਾਨੂੰ ਦੱਸਿਓ ਕਿ ਕ੍ਰਿਸ਼ਨ ਦਾ ਗਿਫਟ ਤੁਹਾਨੂੰ ਕਿਵੇਂ ਲੱਗਿਆ ਆਪਣੇ ਕਮੈਂਟਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਹੈ ਨਾ ਕ੍ਰਿਸ਼ਨ ਕਹਿ ਦੋ ਤੁਸੀਂ ਵੀ ਕਿ ਆਪਣੇ ਕਮੈਂਟਸ ਕਰਕੇ ਸਾਨੂੰ ਜ਼ਰੂਰ ਦੱਸਿਓ ਉਹਨਾਂ ਸਾਰੀ YouTube ਫੈਮਿਲੀ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਸਾਡੇ ਸਬਸਕ੍ਰਾਈਬਰ ਤੇ ਜਿਨ੍ਹਾਂ ਨੇ ਸਾਡੇ ਵਲੌਗਸ ਵਗੈਰਾ ਦੇਖੇ ਤੇ ਪਸੰਦ ਕੀਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਵਲੌਗਸ ਵਗੈਰਾ ਦੇਖੇ ਬਟ ਪਸੰਦ ਨਹੀਂ ਕੀਤੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਉਹਨਾਂ ਨੂੰ ਵੀ ਥੈਂਕ ਯੂ ਕਿਉਂਕਿ ਜੋ ਨੈਗੇਟਿਵਿਟੀ ਹੁੰਦੀ ਹੈ ਤੇ ਜੋ ਲੋਕ ਨੈਗੇਟਿਵਿਟੀ ਕਰਦੇ ਨੇ ਉਹਨਾਂ ਤੋਂ ਵੀ ਅੱਗੇ ਜਾ ਕੇ ਤੁਹਾਨੂੰ ਮੋਟੀਵੇਸ਼ਨ ਮਿਲਦਾ ਆ ਕਿ ਤੁਸੀਂ ਉਹਨਾਂ ਦੇ ਨੈਗੇਟਿਵਿਟੀ ਨੂੰ ਕਿਵੇਂ ਪੋਜ਼ਿਟਿਵਿਟੀ ਦੇ ਵਿੱਚ ਬਦਲ ਸਕਦੇ ਆ ਇਸ ਕਰਕੇ ਨੈਗੇਟਿਵ ਪੀਪਲ ਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਤੁਸੀਂ ਇਦਾਂ ਹੀ ਨਫ਼ਰਤ ਕਰਦੇ ਰਹੋ ਤੇ ਪੁਸ਼ ਕਰਦੇ ਰਹੋ ਤੇ ਤੁਹਾਡਾ ਸਾਰੇ ਸਪੋਰਟਰਸ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰੇ ਚੈਨਲ ਨੂੰ ਪਸੰਦ ਕੀਤਾ ਤੇ ਉਹਨੂੰ ਗਰੋ ਕਰਨ ਵਿੱਚ ਮੇਰੀ ਮਦਦ ਕੀਤੀ ਹੈਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੀਓ ਤੇ ਮੈਂ ਜਿੰਨੀ ਵਧੀਆ ਕੋਸ਼ਿਸ਼ ਹੋ ਸਕੀ ਮੈਂ ਵਧੀਆ ਤੋਂ ਵਧੀਆ ਲੈ ਕੇ ਆਉਂਦੀ ਵਲੌਗਸ ਕੋਸ਼ਿਸ਼ ਕਰਾਂਗਾ ਥੈਂਕਸ ਫਾਰ ਵਾਚਿੰਗ ਇਦਾਂ ਹੀ ਦੇਖਦੇ ਰਹੀਓ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਸ਼ੇਅਰ ਕਰਿਓ ਐਂਡ ਲਾਈਕ ਕਰਿਓ ਤੇ ਕਮੈਂਟ ਕਰਿਓ ਕ੍ਰਿਸ਼ੀ ਦਾ ਇਸ ਸਮੇਂ ਕੋਈ ਵੀ ਇੰਟਰਸਟ ਨਹੀਂ ਹੈ ਇਹ ਕੋਈ ਇਹ ਅੱਜ ਨਿਕਾਲ ਨੂੰ ਛੱਡ
ऋषि बाय बाय कर दो। बाय 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 हैप्पी बर्थडे बाय बाय। हम बहुत ही डाउन टू अर्थ वाले बंदे हैं।